ਤਾਂ ਕੌਣ ਲੋਕ ਨੇ ਕਿ ਜਿਹੜੇ ਪ੍ਰਸ਼ਨ ਉਠਾਉਂਦੇ ਨੇ ਕਿ ਇਹਨਾਂ ਕਾਨਫਰੰਸਾਂ ਦਾ ਕੋਈ ਫਾਇਦਾ ਨਹੀਂ ਜਾਂ ਇਹ ਕਾਨਫਰੰਸਾਂ ਦੀ ਸਾਨੂੰ ਸਾਰਸਕਤਾ ਦੁਬਾਰਾ ਇੱਕ ਵੈਬਿਨਾਰ ਕਰਕੇ ਮਲਾਂਕਣ ਕਰਨ ਦੀ ਲੋੜ ਪਈ ਤਾਂ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਉਹ ਲੋਕ ਨੇ ਕਿ ਜਿਹੜੇ ਪੰਜਾਬ ਪੰਜਾਬੀ ਪੰਜਾਬੀਅਤ ਦੇ ਵਿਰੁੱਧ ਨੇ ਆਨੇ ਬਹਾਨੇ ਇਹਨਾਂ ਚੀਜ਼ਾਂ ਨੂੰ ਰੋਕਣਾ ਚਾਹੁੰਦੇ ਨੇ ਅਮਨ ਦੇ ਖਿਲਾਫ ਨੇ ਉਹਨਾਂ ਲੋਕਾਂ ਦੀਆਂ ਗੱਲਾਂ ਵੱਲ ਸਾਨੂੰ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ ਤਾਂ ਇਸ ਕਿਸਮ ਦੀ ਜਿਹੜੀ ਭਾਵਨਾ ਹੈਗੀ ਆ ਕਿ ਪੰਜਾਬੀ ਇਕੱਠੇ ਕਿਉਂ ਹੁੰਦੇ ਆ ਪੰਜਾਬੀਅਤ ਅੱਗੇ ਕਿਉਂ ਵੱਧਦੀ ਆ ਅਮਨ ਉਹਨਾਂ ਲੋਕਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਨਹੀਂ ਸਾਨੂੰ ਆਪਣੇ ਜਿਸ ਕਾਰਜ ਵਿੱਚ ਅਸੀਂ ਲੱਗੇ ਹੋਏ ਆ ਉਹ ਕਾਰਜ ਦੇ ਵਿੱਚ ਲਗਾਤਾਰ ਸਾਨੂੰ ਲੱਗੇ ਰਹਿਣਾ ਚਾਹੀਦਾ